ਅੰਮ੍ਰਿਤਸਰ ਤਨ ਤਨ ਬਾਈਪਾਸ ਤਹਿਤ ਸਵੇਰੇ ਪਈ ਸੰਘਣੀ ਧੁੰਦ ਕਰਕੇ 5 ਗੱਡੀਆਂ ਆਪਸ 'ਚ ਟਕਰਾ ਗਈਆਂ ਹਨ। ਦੱਸਿਆ ਜਾ ਰਿਹਾ ਕਿ ਇੱਕ ਟਰੱਕ ਯੂ ਟਰਨ ਲੈ ਰਿਹਾ ਸੀ ਕਿ ਪਿੱਛੋਂ ਆ ਰਹੇ ਟਰਾਲੇ ਨੂੰ ਧੁੰਦ ਕਰਕੇ ਅੱਗੇ ਕੁਝ ਵੀ ਦਿਖਾਈ ਨਹੀਂ ਦਿੱਤਾ, ਜਿਸ ਕਰਕੇ ਟਰਾਲਾ ਸਿੱਧਾ ਟੱਕਰ ਵਿੱਚ ਜਾ ਵੱਜਾ ਅਤੇ ਦੇਖਦੇ ਹੀ ਦੇਖਦੇ ਪਿੱਛੋਂ ਆ ਰਹੀਆਂ 3 ਹੋਰ ਗੱਡੀਆਂ ਆਪਸ ਵਿੱਚ ਵੱਜਦੀਆਂ ਗਈਆਂ। ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਵਿੱਚ ਫਿਲਹਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉੱਥੇ ਹੀ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਆਈਆਂ ਹਨ, ਜਿਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਘਟਨਾ ਸੰਬੰਧੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਕੇ ਹਾਦਸਾਗ੍ਰਸਤ ਗੱਡੀਆਂ ਨੂੰ ਕਰੇਨ ਦੀ ਮਦਦ ਨਾਲ ਇੱਕ ਪਾਸੇ ਕਰਵਾ ਕੇ ਪ੍ਰਭਾਵਿਤ ਆਵਾਜਾਈ ਨੂੰ ਖੁਲਵਾ ਰਹੀ ਹੈ। ਧੁੰਦ ਕਾਰਨ ਵਾਪਰੇ ਇਸ ਹਾਦਸੇ ਦੌਰਾਨ ਆਪਸ 'ਚ ਟਕਰਾਈਆਂ ਗੱਡੀਆਂ ਪੂਰੀ ਤਰ੍ਹਾਂ ਨਾਲ ਚੱਕਣਾ ਚੂਰ ਹੋ ਗਈਆਂ ਹਨ। ਮੇਰਾ ਨਾਂ ਹਰਸਾਲ ਸਿੰਘ ਆ ਜੀ। ਕੀ ਹੋਇਆ ਸੀ ਜੀ? ਮੇਰਾ ਭਤੀਜਾ ਆਉਣ ਡਿਆ ਸੀ ਜੀ ਅੰਮ੍ਰਿਤਸਰੋਂ ਅਤੇ ਗੱਡੀ ਲੈ ਕੇ, ਅਤੇ ਇੱਧਰੋਂ ਟਰੱਕ ਵੱਜਾ, ਉਹ ਟਰਨ ਮੋੜਨ ਲੱਗਾ ਇੱਥੋਂ, ਅਤੇ ਉਹ ਟਰੱਕ ਗੱਡੀ 'ਚ ਵੱਜ ਗਿਆ। ਇਹ ਗੱਡੀ ਸਾਈਡ 'ਤੇ ਲਾਤੀ ਹੈ ਨਾ, ਅਤੇ ਬੱਚਿਆਂ ਨੂੰ ਕੱਢ ਕੇ ਉੱਧਰ ਲੈ ਗਏ, ਬੱਚੇ ਠੀਕ ਠਾਕ ਵਾ। ਉਹ ਜਿਹੜਾ ਦੂਜਾ ਟਰੱਕ ਆਇਆ ਉਹਨੇ ਚੁੱਕ ਕੇ ਘੋੜੇ ਨੇ ਇਹਦੇ ਗੱਡੀ ਦੇ ਉੱਤੇ ਚੜ੍ਹ ਗਿਆ, ਫਿਨਿਸ਼ ਕਰਤੀ ਆ। ਇੱਕ ਹੋਰ ਵਿੱਚ ਘੋੜਾ ਆਣ ਕੇ ਵੱਜਾ, ਇੱਦਾਂ ਕਰਕੇ ਐਕਸੀਡੈਂਟ ਹੋਇਆ। ਕੀ ਕਾਰਨ ਜੀ ਸਮਝਦੇ ਹੋ? ਕਾਰਨ ਧੁੰਦ ਦਾ ਹੀ ਆ ਜੀ, ਧੁੰਦ ਬੜੀ ਸੀ, ਧੁੰਦ ਦੇ ਨਾਲ ਫਿਰ ਗੱਡੀਆਂ ਦੇ ਐਕਸੀਡੈਂਟ ਹੋ ਗਏ। ਕਿੰਨੀਆਂ ਗੱਡੀਆਂ ਵੱਜੀਆਂ ਟੋਟਲ? ਇਹ ਕੋਈ 5-6 ਗੱਡੀਆਂ ਵੱਜੀਆਂ ਜੀ। ਕੋਈ ਜਾਨੀ ਸਾਹਿਬ ਹੋਇਆ? ਉਦੋਂ ਤਾਂ ਮੈਂ ਤਾਂ ਮੁੜ ਕੇ ਵੇਖਿਆ ਨਹੀਂ, ਇੱਕ ਕਹਿੰਦੇ ਆ ਤਾਂ ਪਤਾ ਨਹੀਂ ਪੁਲਿਸ ਵਾਲੀ ਲੜਕੀ ਆ 26 ਸਾਲ ਦੀ ਕੋਈ, ਉਹਦਾ ਕੋਈ ਹਾਥੀ ਦੇ ਵਿੱਚੋਂ ਕੱਢਣ ਦੀ ਬੰਦੇ ਨੂੰ, ਉਹਦੇ ਫਿਰ ਬੱਸ ਲੰਘ ਗਈ ਲੱਤਾਂ ਉਹਦੀ। ਇੰਨਾ ਕੁ ਹੋਰ ਤਾਂ ਨਹੀਂ ਕੋਈ ਨੁਕਸਾਨ ਹੋਇਆ। ਸਰ ਐਕਸੀਡੈਂਟ ਹੋਇਆ ਜੀ, ਕੀ ਕਾਰਨ ਕੀ ਹੈ ਸਰ? ਕਾਰਨ ਇਹ ਆ ਵੀ ਇੱਕ ਟਰੱਕ, ਸੀਮਿੰਟ ਦਾ ਟਰੱਕ ਜਿਹੜਾ ਨਾ ਭਰਿਆ ਬੁੱਤ ਚੌਂਕ ਦੇ ਵਿੱਚ ਨਾ, ਯੂ ਟਰਨ ਕਰ ਰਿਹਾ ਸੀ। ਇਹ ਯੂ ਟਰਨ ਕਰਦਿਆਂ ਨਾ ਅੱਗੇ ਕੋਈ ਕਾਰ ਸੀ, ਉਹਦੇ ਕਾਰ ਦੇ ਵਿੱਚ ਵੱਜਾ, ਅਤੇ ਉਹ ਕਾਰ ਦੇ ਵਿੱਚ ਵੱਜ ਕੇ ਅਤੇ ਆਪਸ ਵਿੱਚ ਉਹਨੂੰ ਗੱਡੀ ਨੂੰ ਪਰਾਂ ਕਰਨ ਡਿਆ ਸੀ, ਅਤੇ ਇੰਨੇ ਦੇ ਚਿਰ ਨੂੰ ਧੁੰਦਦਾ ਕਰਕੇ ਨਾ ਜਿਹੜੀਆਂ 4-5 ਗੱਡੀਆਂ, ਇਹ 2-3 ਟਰਾਲੇ ਜਿਹੜੇ ਆਪਸ ਵਿੱਚ ਨਾ ਜਿਹੜੇ ਵੱਜ ਕੇ ਧੁੰਦ 'ਚ ਵੱਜ ਕੇ, ਅਤੇ ਹੋਰ ਵੀ ਗੱਡੀਆਂ ਇੱਕ ਬੱਸ ਵਿੱਚ ਵੱਜੀ ਆ, ਅਤੇ ਕਾਫੀ ਗੱਡੀਆਂ ਦਾ ਨੁਕਸਾਨ ਹੋ ਗਿਆ। ਪਰ ਇਹ ਆ ਵੀ ਇਹਨਾਂ ਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ, ਉੱਦਾਂ ਗੱਡੀਆਂ ਦਾ ਨੁਕਸਾਨ ਕਾਫੀ ਹੋ ਗਿਆ, ਅਤੇ ਜਾਨੀ ਨੁਕਸਾਨ ਨਹੀਂ ਹੋਇਆ, ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਜਿਹੜੀਆਂ, ਉਹ ਬੰਦੇ ਦਾਖਲ ਉੱਥੇ ਭੇਜ ਦਿੱਤੇ ਆ, ਹੋਸਪਿਟਲ ਭੇਜ ਦਿੱਤੇ ਆ, ਅਤੇ ਇਹ ਗੁਰਨਾ ਆਪਣਾ ਬਾਬਿਆਂ ਦਾ ਹੋਸਪਿਟਲ ਆ ਤਰਨ ਤਾਰਨ, ਉੱਥੇ ਭੇਜ ਦਿੱਤੇ ਆ। ਬਾਕੀ ਰਸਤਾ ਜਿਹੜਾ ਉਹ ਆਪਣਾ ਸਾਫ਼ ਕਰਾ ਰਹੇ ਹਾਂ, ਬਾਕੀ ਸਭ ਠੀਕ ਠਾਕ, ਕੋਈ ਗੱਲਬਾਤ ਨਹੀਂ। ਬਿਊਰੋ ਰਿਪੋਰਟ, ਪੰਜਾਬ ਟੂਡੇ।